ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਪੰਜ ਕਰਾਈ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਸੋਨੂੰ ਭਲਵਾਨ ਉਹਨਾਂ ਕੋਲ ਆਪਾਂ ਪਹੁੰਚ ਚੁੱਕੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਤੁਹਾਨੂੰ ਜਰਸੀ ਵੈੜਾਂ ਤੁਹਾਨੂੰ ਦਿਖਾਉਣੀਆਂ, ਅਤੇ ਸਾਰੀਆਂ ਜਿਹੜੀਆਂ ਤੁਹਾਨੂੰ ਜਰਸੀਆਂ ਦਿਖਾਉਣੀਆਂ ਵਾ। ਗੱਲਬਾਤ ਹੁਣ ਆਪਾਂ ਵੀਰ ਨਾਲ ਕਰਦੇ ਹਾਂ ਅਤੇ ਪੁੱਛ ਰਹੇ ਹਾਂ ਸਾਰੀ ਡਿਟੇਲ। ਇੱਕ ਜਿਹੜੀ ਆਹ ਤੁਹਾਨੂੰ ਦਿਖਾਉਣੀ ਹੈ, ਤਾਜ਼ੀ ਸੂਈ ਹੈ, ਜਿਹਦੇ ਮਗਰ ਵੱਛੀ ਬੜੀ ਸੋਹਣੀ ਆਈ ਹੈ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਸੁਣਾਓ, ਕੀ ਹਾਲ ਚਾਲ ਜੀ? ਵਧੀਆ, ਤੁਸੀਂ ਸੁਣਾਓ? ਸਭ ਵਧੀਆ ਜੀ। ਅੱਜ ਤਾਂ ਚੰਗੀਆਂ ਰੌਣਕਾਂ ਲਾ ਦੀਆਂ, ਖੁੱਲੀ ਸਾਰੀ ਭਰਤੀ ਜੀ। ਆਹੋ ਜੀ, ਰਾਤੀਆਂ ਆਈਆਂ ਜੀ। ਅੱਛਾ, ਕਿੰਨੀਆਂ ਅੱਜ ਆਪਣੇ ਕੋਲ? 8 ਜੀ। ਅੱਛਾ, 8 ਆ, ਵਿੱਚੋਂ ਕੁਝ ਸੂਈਆਂ ਤੇ ਕੁਝ ਗੱਬਣਾ? ਹਾਂ, 4 ਸੂਈਆਂ, 4 ਹੀ ਗੱਬਣਾ। ਅੱਛਾ, 4 ਸੂਈਆਂ, 4 ਹੀ ਗੱਬਣਾ। ਉਹ ਵੀ ਤਿਆਰ ਹੀ ਆ, ਬਸ ਦਿਹਾੜੀ ਡੰਗ ਦੀਆਂ ਹੀ। ਅੱਛਾ, ਚਲੋ ਠੀਕ, ਨਾਮ ਦੱਸ ਤੇ ਕਰੀ ਆਪਣਾ। ਮੇਰਾ ਨਾਮ ਸੋਨੂੰ ਪਹਿਲਵਾਨ ਜੀ। ਅੱਛਾ, ਪਿੰਡ ਪੰਜ ਕਰਾਈਆਂ, ਤਹਿਸੀਲ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲਦੇ ਕਰੀ? 9818 97 29 29। ਠੀਕ ਹੈ ਜੀ। ਤੇ ਸ਼ੁਰੂਆਤ ਫਿਰ ਜਿਹੜੀ ਤਾਜ਼ੀ ਸੂਈ ਉਹ ਤੋਂ ਹੀ ਕਰ ਲਈਏ ਨਾ? ਉਹ ਤੋਂ ਕਰ ਲਈਏ, ਅੱਜ ਹੀ ਸੂਈ ਹੈ ਜਿਹੜੀ, ਅਤੇ ਹਵਾਨਾ ਵੀ ਥੱਲੇ ਚੰਗਾ ਤਿਆਰ ਕੀਤਾ ਇਹਨੇ। ਅਤੇ ਆਹ ਜਿਹੜੀ ਇਹਦੇ ਮਗਰ ਵੱਛੀ ਹੈ, ਵੱਛੀ ਵੀ ਕਾਫੀ ਸੋਹਣੀ ਆਈ ਹੈ। ਬਾਕੀ ਥਣ ਜਿਹੜਾ ਬੜਾ ਪਿਆਰਾ ਵਾ ਇਹਦੇ ਕੋਲ, ਥਣਾਂ ਦਾ ਸਾਈਜ਼ ਅਤੇ ਗੈਪ ਦੇਖ ਸਕਦੇ ਜੀ, ਕਾਫੀ ਦੂਰ ਦੂਰ ਜਿਹੜਾ ਥਾਣਾ ਇਹਦੇ ਕੋਲ ਲੱਗਾ। ਕਿੰਨਵਾਂ ਸੂਆ ਸੂਈ ਵੀਰ ਜੀ? ਇਹ ਵੀਰ ਜੀ ਦੂਜਾ ਸੂਆ ਸੂਈ ਹੈ। ਅੱਛਾ, ਹਾਂਜੀ, ਕਿੰਨਾ ਚਿਰ ਹੋਇਆ? ਅੱਜ ਹੀ ਸੂਈ ਹੈ ਨਾ? ਇਹ ਸੂਈ ਹੈ ਜੀ। ਜੇਰ ਜੁਰ ਪ੍ਰੋਪਰ ਪਾ ਦੇ? ਜੇਰ ਆ ਪ੍ਰੋਪਰ ਪਾਈ ਜੋ ਜੀ ਜੇਰ। ਅੱਛਾ, ਆਹ ਜੇਰ ਜਿਹੜੀ ਇਹਦੀ ਪਈ ਹੈ, ਤੇ ਕਿੰਨਾ ਕੁ ਦੁੱਧ ਚਵਾ ਜੂਗੀ ਇਹ ਵੀਰ ਜੀ? ਪਹਿਲੇ ਸੂਏ ਘਰ ਵਾਲਿਆਂ ਦੇ 20 ਕਿਲੋ ਚੁੰਦੇ ਰਹੇ। ਅੱਛਾ, ਪਹਿਲੇ ਸੂਏ 20 ਲੀਟਰ ਚਵਾਏ? 20 ਲੀਟਰ ਇਹਨੇ ਚਵਾਇਆ ਜੀ। ਤੇ ਐਰਕੀ ਕਿੰਨਾ ਚਵਾ ਦੂਗੀ? ਐਰਕਾ ਚਲੋ ਗਰਮੀ ਇਹਨਾਂ ਦੇ ਚਵਾਊਗੀ, ਗਰਮ ਵਾਲੀ। ਹਾਂਜੀ, ਚਲੋ ਗਰਮੀ ਬੜੀ ਜੇ, ਤੁਹਾਨੂੰ ਪਤਾ ਹੀ ਹੈ, ਚਲੋ 20 ਕਿਲੋ ਹੀ ਚਵਾਈ ਜਾਵੇ, ਬੜਾ ਹੁੰਦਾ। ਹਾਂਜੀ ਹਾਂਜੀ, ਤੇ ਬਾਕੀ ਚਲੋ ਮੇਨ ਵਾਧਾ ਮਗਰ ਵੱਛੀ ਵੀ ਚੰਗੀ ਆ ਗਈ ਹੈ ਨਾ? ਚੰਗੀ ਉਹਨਾਂ ਟੀਕਾ ਘਰ ਵਾਲਿਆਂ ਦੇ ਚੰਗਾ ਲਵਾਇਆ ਜੀ। ਅੱਛਾ, ਚੱਫ ਦਾ ਟੀਕਾ ਲਵਾਇਆ ਉਹਨਾਂ, ਵੱਛੀ ਬੜੀ ਸੋਹਣੀ ਹੈ। ਅੱਛਾ ਹਾਂਜੀ, ਦੇਖੋ ਬੇਲ ਬੂਲ ਦੀ ਕਿੱਡੀ। ਠੀਕ ਹੈ, ਤੇ ਇਹਦਾ ਕੀ ਫਿਰ ਮੁੱਲ ਰੱਖਣਾ ਜੀ? ਇਹਦਾ ਮੁੱਲ ਵੀਰ ਜੀ 65,000 ਕਰਦੇ ਹਾਂ। 65,000 ਕਰ ਦੋਗੇ ਮਾਨਤਾਨ ਵਿੱਚ? 60 ਦੀ ਦੇ ਦਾਂਗੇ। ਅੱਛਾ, 60 ਦੀ ਦੇ ਦੋਗੇ, ਹੋਰ ਹੋ ਜੂ ਮਾਨਤਾਨ ਮੌਕੇ ਤੇ ਕਰ ਦਾਂਗੇ, ਕੋਈ ਵੀਰ ਭਰਾ ਫੋਨ ਲਾਊ ਕਰਾਂਗੇ। ਠੀਕ ਹੈ ਜੀ, ਖੋਲੋ ਹਾਂ ਫਿਰ ਤੋਰੀਏ ਕਰੀ ਨੂੰ। ਬਾਕੀ ਜਿਹੜੀ ਜਰਸੀਆਂ ਦੇ ਹਿਸਾਬ ਨਾਲ ਲਾਈਏ ਤੇ ਚੰਗੇ ਕੱਦ ਕਾਟਦੀ ਆ, ਤੇ ਥੱਲਿਆਂ ਵੀ ਜਿਹੜੀ ਚੰਗੀ ਤਿਆਰ ਹੋਈ ਆ। ਠੀਕ ਹੈ ਵੀਰ ਜੀ, ਲੈ ਆਓ ਜੀ। ਅਤੇ ਅਜੇ ਅੱਜ ਹੀ ਸੂਈ ਆ, ਅਤੇ ਕੋਈ ਲੱਪਾਂ ਨਹੀਂ ਲਾਇਆ, ਕੋਈ ਕੁਛ ਨਹੀਂ, ਅਤੇ ਥੱਲਿਓਂ ਜਿਹੜੀ ਕਾਫੀ ਚੰਗੀ ਤਿਆਰ ਹੋਈ ਆ। ਬੰਨ ਦਿਓ ਵੀਰ ਜੀ, ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਖੜੇ? ਬਾਕੀ ਠੰਡੀ ਠੰਡੀ ਬਣੀ ਆ। ਅੱਛਾ, ਹੁਣ ਠੰਡੀ ਧੇਰੀ ਆ, ਜਿਤਨਾ ਮਰਜ਼ੀ ਬਣੇ। ਠੀਕ ਹੈ ਜੀ, ਅਤੇ ਪਿੱਛਿਓਂ ਵੀ ਹਵਾਲਾ ਦੇਖ ਸਕਦੇ ਜੀ ਇਹਦਾ। ਠੀਕ ਹੈ ਜੀ, ਅਤੇ ਹੁਣ ਜਿਹੜੀਆਂ ਇੱਧਰ ਵੱਜੀਆਂ ਇਹ ਵੀ ਤੁਹਾਨੂੰ ਦਿਖਾ ਦਈਏ। ਜਿਹੜੀ ਪਹਿਲੇ ਨੰਬਰ 'ਤੇ ਹੀ ਹੈ, ਆਹ ਦੇਖ ਸਕਦੇ ਥਣ ਜਿਹੜਾ, ਇਹਦੇ ਕੋਲ ਵੀ ਕਾਫੀ ਚੰਗਾ ਲੱਗਾ ਹੈ। ਇਹਦਾ ਕਿੰਨਵਾਂ ਸੂਆ ਜੀ ਵੀਰ ਜੀ? ਇਹ ਵੀਰ ਜੀ ਦੂਜਾ ਸੂਆ ਜੀ। ਅੱਛਾ, ਇਹ ਸੂਈ ਕੇ ਕੱਬਨ ਜੀ? ਨਾ ਨਾ, ਸੂਈ ਕੇ। ਇਹਨੂੰ ਕਿੰਨਾ ਚਿਰ ਹੋਇਆ ਸੂਈ? ਅੱਜ ਤੀਜਾ ਦਿਨ ਜੀ, ਉਹ ਬੱਚਾ ਜੀ। ਅੱਛਾ, ਉਹ ਬੱਚਾ ਜਿਹੜਾ ਬੈਠਾ ਇਹਦਾ, ਬੱਚਾ ਜੀ ਉਹ? ਬੱਚਾ ਜੀ, ਬੱਚਾ। ਠੀਕ ਹੈ, ਅਤੇ ਇਹਦੇ ਕੋਲ ਕਿੰਨਾ ਕੁ ਬੋਲਾ ਜੀ? ਵੀਰ ਜੀ ਇਹਦੇ ਕੋਲ ਬੱਚੇ ਦਾ ਪਾ ਕੇ 12-13 ਕਿਲੋ ਜੀ। ਅੱਛਾ, 12-13 ਲੀਟਰ ਹੈਗਾ ਵਾ। ਹਾਂਜੀ ਹਾਂਜੀ, ਅਤੇ ਕਿੰਨਾ ਚੋ ਆਜੂਗੀ ਇਹ? ਵੀਰ ਜੀ ਘਰ ਵਾਲਿਆਂ ਦੇ ਅਸੀਂ ਪਹਿਲੇ ਸੂਏ 15 ਕਿਲੋ ਚੁੰਦੇ ਰਹੇ ਹਾਂ। ਅੱਛਾ, ਚਲੋ ਗਰਮੀ ਗੁਰਮੀ 15-16 ਹੀ ਕਰੂਗੀ ਗਰਮ ਵਾਲੀ। ਚਲੋ ਇੰਨਾ ਚਵਾਈ ਜਾਵੇ, ਬੜਾ ਵਾ ਇਹਨਾਂ ਦੇ, ਕਰੂਗੀ ਗਰਮੀ ਵੀ ਕਾਫੀ ਪੈਂਦੀ। ਹਾਂ ਕਰੂਗੀ। ਤੇ ਇਹਦਾ ਕੀ ਮੁੱਲ ਰੱਖਣਾ ਜੀ? ਇਹਦਾ ਮੁੱਲ ਵੀਰ ਜੀ 46,000 ਜੀ। 46,000 ਹਾਂਜੀ, ਹੋ ਜੂ ਮਾਨਤਾ ਨੇ ਵਿੱਚ? 43,000 ਦੀ ਦੇ ਦਾਂਗੇ। ਅੱਛਾ, 43 ਦੀ ਦੇ ਦੋਗੇ, ਖੋਲੋ ਹਾਂ ਵੀਰ ਜੀ ਤੋਰੀ ਇਹਨੂੰ। ਬਾਕੀ ਕੱਦ ਕਾਠ ਜਿਹੜਾ ਇਹਦਾ ਵੀ ਚੰਗਾ ਵਾ, ਜਰਸੀਆਂ ਦੇ ਹਿਸਾਬ ਨਾਲ ਜਿਹੜਾ ਕੱਦ ਕਾਠ ਉੱਚਾ ਵਾ ਇਹਦਾ। ਠੀਕ ਹੈ ਵੀਰ ਜੀ, ਲਾ ਜਾਓ ਜੀ। ਬਾਕੀ ਸੂਈ ਸਵਾਈ ਹੈ, ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜੋ ਜੀ। ਅਤੇ ਹੁਣ ਜਿਹੜੀ ਆਪਾਂ ਦਿਖਾਉਣੀ ਹੈ ਇੱਕ ਇੱਧਰੋਂ, ਜਿਹੜੀ ਆ ਦੂਸਰੇ ਨੰਬਰ 'ਤੇ ਤੁਹਾਨੂੰ ਦਿਖਾਉਣੀ ਆ, ਇਹ ਵੀ ਜਿਹੜੀ ਸੂਈ ਸਵਾਈ ਆ, ਅਤੇ ਹਵਾਨਾ ਜਿਹੜਾ ਇਹਦਾ ਪਿੱਛੋਂ ਇੱਕ ਵਾਰੀ ਦੇਖ ਸਕਦੇ ਜੀ। ਇਹ ਵੀਰ ਜੀ ਕਿੰਨਵਾਂ ਸੂਆ ਸੂਈ ਜੀ? ਇਹ ਵੀਰ ਜੀ ਪਹਿਲਾ ਸੂਆ, ਮੂੰਹ ਚੁੱਕੀ ਜੀ। ਅੱਛਾ, ਮੂੰਹ 4 ਦੰਦ ਆ? 4 ਦੰਦ ਜੀ।
ਤੇ ਕੱਦ ਕੱਟ ਤੇ ਇਹਦਾ ਵੀ ਚੰਗਾ ਵਾ ਨਾ ਐਰਕ ਚੰਗਾ ਚੰਗੀਆਂ ਜਰਸੀਆਂ ਲੱਭ ਕੇ ਲਿਆਉਣੀ ਠੀਕ ਹੈ ਬਾਕੀ ਹਵਾਨਾ ਇਹਦਾ ਵੀ ਇੱਕ ਵਾਰੀ ਤੁਹਾਨੂੰ ਬਹਿ ਕੇ ਦਿਖਾ ਦਈਏ ਆਹ ਦੇਖ ਸਕਦੇ ਜੀ ਤੇ ਬਾਕੀ ਥਣ ਜਿਹੜਾ ਇਹਦੇ ਕੋਲ ਵੀ ਚੰਗਾ ਚੰਗੀ ਗੈਰ ਤੇ ਥਣ ਜਿਹੜਾ ਲੱਗਾ ਹੈ ਕਿੰਨਾ ਦੁੱਧ ਤਿਆਰ ਜੀ ਵੀਰ ਜੀ ਮੌਕੇ ਤੇ ਇਹਦੇ ਕੋਲ ਵੀਰ ਜੀ ਇਹ ਤੋਂ ਬੱਚੇ ਦਾ ਪਾ ਕੇ 11 12 ਕਿਲੋ ਹੋਊਗਾ 11 12 ਲੀਟਰ ਹੋਊਗਾ ਅੱਜ ਇਹ ਚੌਥੇ ਦਿਨ ਦੀ ਸੂਈ ਜੇ ਪਰ ਬੱਚਾ ਇਹਦਾ ਮਰਨੇ ਪਿਆ ਜੀ ਅੱਛਾ ਗਰਮੀ ਬੜੀ ਜੇ ਗਰਮੀ ਕਰਕੇ ਨਾ अच्छा गर्मी ना बच्चा जरा हाँ प्याज़ देखो बजदा जे नहीं बजदा बच्चा जरा आ जे बच्चा जरा अंडलिया सावां ते जान ते कितना के विधि दूध च आजूगी है वीर जी दूध जिड्डी चलो बेल बूलदी है चोना चाहिए 15-16 किलो दे अच्छा ते एदा की मुल जे मुल वीर जी एदा 43,000 ਰੁਪਇਆ ਕਰਦੇ ਅੱਛਾ ਹੋ ਜੂ ਮਾਨ ਤਨ ਵਿੱਚੋਂ 41,000 ਦੀ ਦੇ ਦਾਂਗੇ 41 ਦੀ ਦੇ ਦੋਗੇ ਖੋਲ ਦਾਂ ਫਿਰ ਤੋੜ ਦੀਏ ਮੈਂ ਸ਼ੇਰਾ ਕਾਫੀ ਛੋਟਾ ਜਿਹਾ ਫੇਸ ਆ ਇਹਦਾ ਸੋਹਣੀ ਫੱਬਦੀ ਆ ਆਪਣੇ ਰੰਗ ਰੂਪ ਦੀ ਸੂਆ ਜਿਹੜਾ ਇਹਦਾ ਪਹਿਲਾਂ ਹੀ ਦੱਸਦੇ दंद खा दे थोड़ा का मूंह फड़ाने तो कर दी है कोशिश पूरी कर दे दंद दिखाने की हाँ दे सादे प्योर चार दंद है जी ठीक है बंद हो जी बाकी हवाना जरा पहले सुबह चंगा तैयार किया भाई ने हूँ जी आप तीसरे नंबर से दिखाई है ये भी सोई जो विधि बाकी सफर च भी फिर जो गावां नूं हवा लगदी रहिंदी बच्चे थले हुंदे आ प्योर चार दंद ठीक है जी अख तो जब सही कर लिया चलो जान दिया मौके तो दुध जरा 9 लीटर दस दे ये को हूँ जड़िया चार तुम दिखाया वा गबना तुम दिखावे हाँ देख सकते थे सन दसिए वीर जी फिर ये बारे आप अच्छा पहला सुबह ही सुना इन्हें अच्छा अच्छा चौगी लिया ठीक है ये कि दुद्ध पहले सुबह च आजूगी ₹2,000 हाँ देख सकते भी जी चार दंद है छिग्गी के जो पुट्टे आने दिखा दे करी फिर तो हाँ देख सकते सानू थोड़ा दसन च भुलेखा लग गया प्योर चार दंद दूजे दंद जे अजे इन्हें भन्ने भी नहीं लगाई चलो
जी सीधी ला जाए भीर जी थोड़ी तौर पर ले आ भीर जी। बाकी जा रही हैं पहले नहीं आज, बाकी कोई वीर इत्थे आ गया अपनी तसली करके देख चाक के फिर कोई पशु खरीदे जी। उंज भी जड़ी ठंडी धीरी है कोई गल नहीं है हो जी, बाकी जर्सी गावां जड़ियां ठंडियां ही होंदियां वा फुल्लू चंगी भाई हां ढिल्ला ढुल्ला हवाने च चंगियां वा। ते हुण इक होर जड़ी तुहानूं आ गब्बन दिखाउणी आ कद काठ जिहड़ा इहदा विच अज सारियां जर्सियां दे जिहड़े कद काठ चंगे आ ਦੱਸੀਏ ਵਿੱਚ ਇਹਦੇ ਬਾਰੇ। ਇਹ ਵੀਰ ਜੀ ਪਹਿਲਾ ਸੂਆ ਸੋਣੀ ਜੇ ਛਿੱਗੀ ਜੇ ਮੂੰਹ ਛੇ ਦਾ ਵੀ ਪਹਿਲਾ ਹੀ ਸੂਆ ਆ ਪਹਿਲਾ ਸੂਆ ਜੀ ਮੂੰਹ ਛੇ ਦਾ ਆਂਦੀ ਆ ਇਹ ਕਿੰਨਾ ਦੁੱਧ ਵਾਜੂਗੀ ਇਹ 7 ਵਜੇ ਨਾਲ ਇਹ ਵੀ ਇਹਨਾਂ ਵਿੱਚ ਵਾਉਗੀ 14 15 ਮੈਂ ਤੁਹਾਨੂੰ ਆਖ ਦਈਏ ਵੀ 20 ਕਿਲੋ ਚਵਾਉ 14 15 ਦੇ ਚਵਾਉਣਗੇ ਜਿਹੜਾ ਨਾਰਮਲ ਚਵਾਈ ਜਾਊਗੀ ਨਾ ਗਰਮੀ ਚ ਨਾਰਮਲ ਸੇਵਾ ਤੇ ਇਹਦਾ ਕੀ ਮੁੱਲ ਰੱਖਣਾ ਜੇ ਇਹਦਾ ਮੁੱਲ ਵੀਰ ਜੀ 30000 ਕਰਦੇ ਆ। ਅੱਛਾ 30000 ਹਾਂਜੀ ਉਹ ਚੋ ਕਿੰਨਾ ਕਰ ਦੋਗੇ ਮਾਂ 26000 ਦੀ ਦੇ ਦਾਂਗੇ। ਅੱਛਾ 26000 ਦੀ ਦੇ ਦੋਗੇ ਦੇ ਦਾਂਗੇ 26 ਖੋਲੋ ਹਾਂ ਫਿਰ ਤੋਰੀ ਇਹਨਾਂ ਨੂੰ ਬਾਕੀ ਜਰਸੀਆਂ ਦੇ ਹਿਸਾਬ ਨਾਲ ਕੱਦ ਕੱਟ ਜਿਹੜਾ ਇਹਦਾ ਚੰਗਾ ਉੱਚਾ ਬਾਕੀ ਕੋਈ ਸਾਂਭਣ ਵਾਲਾ ਵੀਰ ਲੈ ਜੂਗਾ ਤੇ ਦੁੱਧ ਚੰਗਾ ਚਵਾਈ ਜਾਊਗੀ ਲੈ ਜਾਓ ਵੀਰ ਜੀ। ਹੁਣ ਜਿਹੜੀ ਤੁਹਾਨੂੰ ਇੱਕ ਹੋਰ ਦਿਖਾਉਣੀ ਆ 6ਵੇਂ ਨੰਬਰ ਤੇ ਜਿਹੜੀ ਤੁਹਾਨੂੰ ਦਿਖਾਵਾਂਗੇ ਇਹ ਵੀ ਚੰਗੇ ਕੱਦ ਕਾਟਦੀ ਆ ਜਿਹੜੀ ਚਿਹਰਾ ਵੀ ਜਿਹੜਾ ਇਹਦਾ ਛੋਟਾ ਜਿਹਾ ਛੋਟੇ ਛੋਟੇ ਜਿਹੜੇ ਇਹਦੇ ਕਰਨੇ ਆ ਤੇ ਕੱਦ ਕਾਠ ਜਿਹੜਾ ਕਾਫੀ ਚੰਗਾ ਉੱਚਾ ਤੇ ਤੁਹਾਨੂੰ ਦਾ ਸਾਈਜ਼ ਤੇ ਗੈਪ ਵੀ ਜਿਹੜਾ ਕਾਫੀ ਪਿਆਰਾ ਦੂਰ ਦੂਰ ਜਿਹੜਾ ਥਾਣਾ ਇਹਦੇ ਕੋਲ ਲੱਗਾ ਦੱਸਿਆ ਵਿੱਦੀ ਇਹਦੇ ਬਾਰੇ ਇਹ ਵੀ ਕੀ ਦੁੱਖਿਆ ਸੁਣਾ ਸੁਣੀ ਜੀ। ਅੱਛਾ ਹਾਂਜੀ ਦੂਸਰਾ ਸੁਬਾ ਸੁਣੀ ਆ ਦੂਸਰਾ ਸੁਣੀ ਜੀ ਤੇ ਇਹ ਕਿੰਨਾ ਟਾਈਮ ਖੜਦੀ ਜੀ ਇਹ ਸੁਬੂ ਤਿਆਰੀ ਜੇ ਇੱਕ ਦੋਵਾਂ ਦਿਨਾਂ ਚ ਤਿਆਰੀ ਜੀ ਆ ਠੀਕ ਆ ਤੇ ਦੁੱਧ ਕਿੰਨਾ ਚਵਾ ਦੂਵੇ ਘਰ ਵਾਲੇ ਆਂਦੇ ਅਸੀਂ 17 18 ਕਿਲੋ ਚੋਇਆ ਪਹਿਲੇ ਸੂਏ। ਅੱਛਾ ਤੇ ਜਿੰਨੇ ਕੱਦ ਵਜਨ ਵਾਲੀ ਆ ਚਵਾਉ ਕਰਮ ਵਾਲੀ ਬਾਕੀ ਕੱਦ ਤੇ ਚੰਗਾ ਕਾਫੀ ਆ ਨਾ ਜਰਸੀਆਂ ਸਾਰੇ ਤੇ ਚਵਾਉਗੀ ਨਾ। ਅੱਛਾ ਅਸੀਂ ਜ਼ਿਆਦਾ ਨਹੀਂ ਕਹਿੰਦੇ ਐਵੇਂ ਤੁਹਾਨੂੰ 22 23 ਕਿਲੋ ਕਹਿ ਦਈਏ 20 ਕਿਲੋ ਤੇ ਚਵਾਉ ਜਿੱਦਾਂ ਕੱਦ ਤੇ ਮੁੱਲ ਇਹਦਾ ਮੁੱਲ ਇਹਦਾ ਵੀਰ ਜੀ 50000 ਦੀ। ਅੱਛਾ ਇਹਦਾ ਮੁੱਲ 50000 ਆ ਮਾਨਤਾਨ ਵਿੱਚ ਹੋ ਜਾਊਗਾ 48000 ਦੀ ਦੇ ਦੋ 48 ਦੀ ਦੇ ਦੋਗੇ ਤੋਰ ਦਿਓ ਵੀਰ ਜੀ ਨਵੀਂ ਚਿਹਰਾ ਬੜਾ ਖੂਬਸੂਰਤ ਹੈ ਜਿਹੜਾ ਇਹਦਾ ਬਾਕੀ ਸੋਹਣੀ ਵੜਿਆ ਵੀ ਚੰਗੇ ਕੱਦ ਕਾਟਦੀ ਆ ਤੇ ਥੱਲਿਓਂ ਜਿਹੜੀ ਚੰਗੀ ਤਿਆਰ ਹੁੰਦੀ ਆ ਲੈ ਜਾਓ ਵੀ ਤੇ ਹੁਣ ਐਂਡ ਤੇ ਇੱਕ ਦੰਦ ਦਿਖਾਉਂਦੇ ਹਾਂ ਠੰਡੀ ਠੰਡੀ ਬੜੀ ਹੈ ਜਿਸ ਤਰ੍ਹਾਂ ਮਰਜ਼ੀ ਹੋਵੇ ਬਹਿ ਜੇ ਜਿਹੜੇ ਬੰਨੇ ਮਰਜ਼ੀ ਬਹਿ ਗਏ ਠੀਕ ਹੈ ਜੀ ਤੇ ਹੁਣ ਐਂਡ ਤੇ ਜਿਹੜੀ ਤੁਹਾਨੂੰ ਦਿਖਾਵਾਂਗੇ ਇਹ 8ਵੀਂ ਹੈ 8ਵੇਂ ਨੰਬਰ ਤੇ ਜਿਹੜੇ ਤੇ ਦੱਸਿਓ ਵੀ ਜਿਹੜੀ ਐਂਡ ਲਈ ਫਿਰ ਇਹ ਵੀਰ ਜੀ ਦੂਜਾ ਸੂਆ ਇਹਨੇ ਵੀ ਸੁਣਾ ਜੀ। ਅੱਛਾ ਠੀਕ ਹੈ ਤੇ ਇਹ ਕਿੰਨਾ ਦੁੱਧ ਚਵਾ ਦੂਗੀ ਇਹ ਵੀ ਕੱਦ ਵਜਨ ਵਾਲੀ ਇਹਨਾਂ ਕਿ ਚਵਾਉ 15 16 ਕਿਲੋ ਜੀ। ਅੱਛਾ 15 16 ਲੀਟਰ ਚਵਾਈ ਜਾਊਗੀ ਚਵਾਈ ਜਾਊਗੀ ਚਲੋ ਗਰਮੀ ਬੜੀ ਆ ਚਲੋ ਸਿਆਲ ਹੋਵੇ ਤੇ ਫਿਰ ਤੇ ਭਾਵੇਂ ਕਰਮਾਲੀਆਂ ਵੱਧ ਵੀ ਕੱਢੀ ਜਾਣ ਹਾਂਜੀ ਹਾਂਜੀ ਹੁਣ ਗਰਮੀ 'ਚ ਇੰਨਾ ਹੀ ਬੜਾ ਤੇ ਖੋਲੋ ਹਾਂ ਫਿਰ ਤੋਰ ਦਈਏ ਇਹਨਾਂ ਨੂੰ ਥਾਣਾ ਇਹਦੇ ਵੀ ਇੱਕ ਵਾਰੀ ਦੇਖ ਸਕਦੇ ਲੱਗੇ ਤੋਂ ਬਾਕੀ ਮੌਸਮ ਜਿਹੜਾ ਗਰਮੀ ਦਾ ਵਾ ਅਤੇ ਜਿਹੜਾ ਗਰਮੀ ਦੀ ਕੋਈ ਇਹਨਾਂ ਨੂੰ ਪਰਵਾਹ ਨਹੀਂ ਹੁੰਦੀ ਅਤੇ ਬਾਕੀ ਫੈਟ ਵੀ ਜਿਹੜੀ ਚੰਗੀ ਹੁੰਦੀ ਇਹਨਾਂ ਗਾਵਾਂ ਦੀ ਲੈ ਜਾ ਵੀਰ ਜੀ ਠੀਕ ਹੈ ਜੀ ਇਹ ਢਿੱਲਾ ਢੁੱਲਾ ਹਵਾਨੇ ਜੀ ਕਾਫੀ ਹੈ ਤੇ ਇਹਦਾ ਕੀ ਮੁੱਲ ਜੇ ਵੀਰ ਜੀ ਫਿਰ
ਇਹਦਾ ਮੁੱਲ ਵੀਰ ਜੀ 32000 ਜੀ 32000 ਹਾਂਜੀ ਹੋ ਜੂ ਮਾਨ ਤਣ ਵਿੱਚ 28000 ਦੀ ਦੇ ਦਾਂਗੇ 28000 ਦੀ ਦੇ ਦੋਗੇ ਦੇਾਂਗੇ 28000 ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਜੀ ਫਿਰ ਬਹੁਤ ਠੀਕ ਹੈ ਵੀਰ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਸੂਈਆਂ ਜਿਹੜੀਆਂ ਆਪਣੀ ਦੋ ਟਾਈਮ ਚੁਆਈ ਕਰਕੇ ਖੜੋ ਤੇ ਜਿਹੜੀਆਂ ਗੱਬਣਾ ਆ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ